सत श्री अकाल जी सारिआं नूं। अज बहुत वड्डा जिहड़ा मींह पंजाब दे अंदर सारे बहुत पिया आ। देखो मींह दे कारी कोई जोर नहीं, सारा रब दा भाणा आ। जिमीदारां दा बहुत समा मार होई आ, पर उह पहलों रब ने कीती। पर उह कणकां वड्डन लगे उदों कणकां दे विच मींह पई गिआ, बहुत वड्डी जोर मींह पिआ। उदों लोकां दीआं कणकां खराब कीतीआं बहुत। हुण रब ने फिर उत्थे ही अपना टोका फिर उत्थे लैंदा, फिर मीह चालू कर दिता। मीह इन्ने जोरां दे पैण डिआ आ, जिहड़ियां नदी आ नदी ठाठा मारन डई आ। एक नदी विच मैं डीसी साहब नूं बेनती करांगा, तरन तारण दे डीसी नूं, पहली गल करी बूटी आ, उह बूटी करी साफ करवाउणी चाहीदी डीसी साहब नूं। आ के मौके ते डीसी साहब उहनां कोल टिटकरे डीसी साहब आ, उह कुंभ दी नींदे सुत्ते पए आ। डीसी साहब नूं मौके ते आउणा चाहीदा, सारा ध्यान मरना चाहीदा कित्थे लोक डुब्बण डए आ, कित्थे लोकां दीआं सब्जियां खराब हो गईआं आ, लोकां दी मक्की खराब हो गई आ। ज्यादा ही मैनूं लगदा किले लोकां दे मक्की खराब हो गई आ, आउणा चाहीदा। बाकी मैं जरूर बेनती करांगा रब नूं, रब्बा हुण बस कर दे। बहुत ज्यादा हो गई आ लोकां नाल, थल्ले आ गए एक करी देखणा। चलो धर्मराज दे कोल बंदे साडे बहुत गए आ, ਉਹ ਧਰਮਰਾਜ ਨੂੰ ਦੱਸਣ। ਹੁਣ ਧਰਮਰਾਜ ਬੰਦ ਕਰ ਦੇ, ਹੁਣ ਮੀਂਹ ਬੰਦ ਕਰ ਦੇਣਾ ਚਾਹੀਦਾ ਆ। ਕਿਹੜੇ ਲੋਕਾਂ ਕਿਹੜਾ ਝੋਨਾ ਆ, ਉਹ ਸਮਾਂ ਮਾਰ ਹੋ ਚੁੱਕੀ ਆ ਲੋਕਾਂ ਨਾਲ। ਹੁਣੇ ਮੈਂ ਇੱਧਰੋਂ ਘੁੰਮਦਾ ਆ, ਇੱਧਰ ਨਾਗੋਗੇ ਬੈਰੋਵਾਲ ਵਾਲੇ ਪਾਸੇ ਲੋਕਾਂ ਦਾ ਝੋਨਾ ਮਾਰਿਆ ਗਿਆ, ਬਹੁਤ ਸਮਾਂ ਮਾਰ ਹੋਇਆ। ਸਭ ਤੋਂ ਵੱਧ 6 ਚੱਕ ਵਾਲੇ ਪਾਸੇ ਬਾਬਾ ਰਾਮ ਸਿੰਘ ਜੀ ਖੜ੍ਹੇ ਆ, ਇਹਨਾਂ ਦੇ ਲਾਗੇ ਲਾਗੇ ਬਹੁਤ ਜ਼ਿਆਦਾ ਬਹੁਤ ਸਮਾਂ ਮਾਰ ਹੋਇਆ ਆ। ਪਾਣੀ ਕਿਹੜਾ ਆ, ਲੋਕਾਂ ਦਾ ਝੋਨਾ ਨਹੀਂ ਦੀਂਦਾ, ਕਿਹੜਾ ਲੱਗਾ ਆ, ਝੋਨਾ ਖਤਮ ਹੀ ਹੋ ਚੁੱਕਾ ਆ। ਆਹ ਸਮਾਂ ਮਾਰਿਆ ਬਹੁਤ ਵੱਡਾ ਜ਼ਿਮੀਦਾਰ ਆ। ਗੁਰੂ ਸਾਹਿਬ ਮਿਹਰ ਕਰੇ ਅਤੇ ਮੈਂ ਕਹਿੰਦਾ ਹੁਣ ਬੰਦ ਹੋ ਜਾਏ ਮੀਂਹ। ਅਰੇ ਕਿਹੜਾ ਖਬਰਾਂ ਆਉਣ ਡਈਆਂ ਆ, ਉਹ ਇਹੋ ਦੱਸਣ ਡਏ ਆ ਅਤੇ ਅਰੇ 2-3 ਦਿਨ ਹੋਰ ਪੈਣਾ ਆ, 2-3 ਦਿਨ ਹੋਰ ਪਿਆ। ਮੈਨੂੰ ਲੱਗਦਾ ਇਹੋ ਜਿਹਾ ਸਮਾਂ ਮਾਰ ਹੋ ਜੂਗਾ, ਕਿਹੜਾ ਜ਼ਿਮੀਦਾਰ ਭਰਾਵਾਂ ਕੋਲ ਉੱਠਿਆ ਨਹੀਂ ਜਾਣਾ। ਮੈਨੂੰ ਲੱਗਦਾ ਭਈਆਂ ਨੇ ਝੋਨਾ ਲਾਇਆ, ਭਈਆਂ ਨੂੰ ਅੱਗੇ ਉਹਨਾਂ ਨੇ ਪੈਸੇ ਬਹੁਤ ਦਿੱਤੇ ਆ, ਕਿੱਲੇ ਦੇ ਹਿਸਾਬ ਨਾਲ ਮੈਨੂੰ ਲੱਗਦਾ 4-4 ਹਜ਼ਾਰ ਉਹ ਲੈ ਗਏ ਆ। ਅਤੇ ਹੁਣ ਤੂਣੇ ਚਾਰੇ ਭਈਏ ਕਿੱਥੇ ਦੇਣਗੇ ਪੈਸੇ, ਖਾਤਾਂ ਪੈ ਚੁੱਕੀਆਂ ਆ, ਖਾਤਾਂ ਖਤਮ ਹੋ ਗਈਆਂ ਆ, ਸਾਰਾ ਕੁਛ। ਅਤੇ ਰੱਬਾ ਮੈਂ ਕਹਿੰਦਾ ਹੁਣ ਬਸ ਕਰ ਦੇ, ਤੇਰੇ ਗਾਰੀ ਜ਼ੋਰ ਕੋਈ ਨਹੀਂ, ਕੋਈ ਬੰਦਾ ਹੁੰਦਾ ਤਾਂ ਬੰਦੇ ਗਾਰੀ ਜ਼ੋਰ ਹੁੰਦਾ ਆ, ਰੱਬ ਦੇ ਗਾਰੀ ਕੋਈ ਜ਼ੋਰ ਨਹੀਂ ਆ। ਅਸੀਂ ਬੇਨਤੀ ਕਰਾਂਗਾ ਸਾਰੇ ਧਰਮਰਾਜ ਨੂੰ ਅਤੇ ਹੁਣ ਬਸ ਕਰ ਦੇ, ਬੜਾ ਮੀਂਹ ਪੈ ਗਿਆ ਆ ਲੋਕਾਂ ਦਾ। ਮੈਂ ਤਾਂ ਜ਼ਿਮੀਦਾਰਾਂ ਨੂੰ ਪੁੱਛਣਾ ਚਾਹੀਦਾ ਆ, ਜ਼ਿਮੀਦਾਰਾਂ ਦੀਆਂ ਧਾਈਆਂ ਨਿਕਲ ਗਈਆਂ, ਤਰੋ ਖੇਤਾਂ ਵਾਲੇ ਪਾਸੇ ਜਾਂਦੇ, ਝੋਨਾ ਨਹੀਂ ਦੀਂਦਾ, ਝੋਨਾ ਖਤਮ ਹੋ ਗਿਆ, ਗਾਇਬ ਹੋ ਗਿਆ ਝੋਨਾ। ਅਤੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ, ਮੁੱਖ ਮੰਤਰੀ ਸਾਹਿਬ ਜ਼ਰੂਰ ਕਿਹਦਾ ਝੋਨਾ ਮਾਰਿਆ।